ਅੱਜ ਸਵਾਗਤ ਹੈ ਤੁਹਾਡਾ ਆਪਣੀ ਵੀਡੀਓ ਦੇ ਵਿੱਚ। ਅੱਜ ਆਪਾਂ ਸ਼ੁਰੂ ਕਰਾਂਗੇ ਕਣਕ ਦੀ ਬਿਜਾਈ। ਪਾ ਰਿਹਾ ਸਾਡੇ ਵਾਲਾ ਟਰੈਕਟਰ ਦੇ ਵਿੱਚ ਤੇਲ, ਕਰ ਦੇਣੀ ਆ ਟੈਂਕੀ ਫੁੱਲ ਅਤੇ ਦੇਖਦੇ ਹਾਂ ਕਿੰਨੇ ਕਿੱਲੇ ਬਿਜਾਉਂਦਾ ਫਿਰ। ਕਰਤਾ ਟਰੈਕਟਰ ਰੈਡੀ, ਇਹਦੇ ਨਾਲ ਦੀਆਂ ਦੋ ਪਲੇਟਾਂ ਆਪਣੇ ਕੋਲ ਹੋਰ ਸੀਗੀਆਂ ਅਤੇ ਉਹ ਆਪਾਂ ਕੁਛ ਕੁ ਦਿਨ ਪਹਿਲਾਂ ਸਕੰਜਾ ਬਣਾਇਆ ਸੀਗਾ ਅਤੇ ਆਪਾਂ ਵੇਟ ਕਰ ਦਿੱਤੇ ਇਹਦੇ ਦੋ ਪਲੇਟਾਂ। ਇਹ ਇੱਥੋਂ ਇਹ ਲੰਮੀ ਪੱਤੀ ਪਾ ਕੇ ਆਹ ਵੇਟ ਵਾਲੇ ਨਟਾਂ ਦੇ ਵਿੱਚ ਅਤੇ ਗਾਂਹ ਇੱਕ ਪੱਤੀ ਪਾ ਕੇ ਹੋਰ ਸਪੋਰਟ ਦਿੱਤੀ ਆ। ਦੋ ਵੇਟ ਕਾਸਤੇ ਅਤੇ ਇੱਕ ਭਰ ਕੇ ਉੱਤੇ ਕੱਟਾ ਰੱਖਤਾ ਮਿੱਟੀ ਦਾ। ਪਾਉਣੇ ਅੱਜ ਸੁਪਰ ਸੀਡਰ, ਕਰਾਂਗੇ ਬਿਜਾਈ ਕਣਕ ਦੀ ਸ਼ੁਰੂ। ਪਾ ਲਿਆ ਸੁਪਰ ਸੀਡਰ, ਚੱਲਦੇ ਹਾਂ ਖੇਤ। ਪਹੁੰਚ ਗਏ ਹਾਂ ਖੇਤ, ਲਾਉਣੇ ਲਫਾਫਾ ਲਫੂਫਾ ਹੈ ਅੱਜ ਇਹਦਾ। ਪਾਉਣੇ ਆ ਬੀਜ, ਮਗਰਲੀ ਹੋਰਨੀ ਜੀ ਦੱਸ ਦਿਓ ਕਿੱਥੇ ਪਾਉਣਾ। ਹਾਂਜੀ ਜਗਤਜੀਤ ਵਾਲਿਆਂ ਦਾ ਸੁਪਰ ਸੀਡਰ 2022 ਮਾਡਲ ਅੱਜ ਚਲਾਉਣਾ ਆਪਾਂ। ਰੇਹ ਵੀ ਇਹਦੇ ਵਿੱਚ ਆਪਾਂ ਪਾਤਾ, ਦਿਖਾਉਂਦੇ ਹਾਂ ਤੁਹਾਨੂੰ। 40 ਕਿਲੋ ਬੀ ਪਾਇਆ, ਇੱਕ ਬੋਰੀ ਡੀ ਏ ਪੀ ਦੀ। ਸਾਈਡ ਵਾਲਾ ਗੇੜਾ ਲਾਉਣ ਦੇ ਲਈ ਥੋੜ੍ਹਾ ਥੋੜ੍ਹਾ ਮੁੱਠੀ ਮੁੱਠੀ ਖੁਰਨੀਆਂ 'ਚ ਪਾਤਾ ਅਤੇ 40 ਕਿਲੋ 'ਤੇ ਬੀ ਬੰਨਿਆ ਗਾ। ਕਿੱਲੇ ਹਿਸਾਬ ਨਾਲ ਬੀ ਚਲਾ ਕੇ ਦੇਖਾਂਗੇ, ਦੱਸ ਦਿਆਂ ਫਿਰ ਤੁਹਾਨੂੰ ਕਿਵੇਂ ਸਹੀ ਰੇਹ ਵੀ ਪਾਉਂਦਾ ਗਾ। ਪੰਜਾਹ ਕਿਲੋ ਦੇ ਸੈੱਟ ਕੀਤਾ, ਚਲਾਉਣੇ ਫਿਰ ਤੁਹਾਨੂੰ ਦਿਖਾਉਣੇ ਵੀਡੀਓ ਦੇ ਵਿੱਚ। ਲਾ ਰਹੇ ਹਾਂ ਨਵੇਂ ਦੇ ਲਫਾਫੇ ਨੂੰ ਫੂਫੇ ਅੱਜ। ਮੱਥਾ ਟੇਕ ਕੇ ਚਲਾਉਣੇ ਆ ਜੀ ਫਿਰ ਸੁਪਰ ਸੀਡਰ। ਹਾਂਜੀ ਚਲਾਉਣੇ ਆ ਗਏ ਸੁਪਰ ਸੀਡਰ। ਰੇਹ ਵੀ ਕਿੰਨੀ ਕੁ ਡੰਘਾਈ 'ਤੇ ਪੈ ਰਿਹਾ ਚੈੱਕ ਕਰ ਰਹੇ ਨੇ। ਚੱਲ ਰਿਹਾ ਜੀ ਸੁਪਰ ਸੀਡਰ, ਬਿਜਾਈ ਦਾ ਕੰਮ।
ਭਾਈ ਦੇਖ ਸਕਦੇ ਹੋ ਪੂਸਾ 44 ਆ, ਉੱਤੋਂ ਪੂਸੇ ਨੂੰ ਅੱਗ ਲਾਈ ਹੋਈ ਹੈਗੀ। ਪੂਸ ਨੂੰ ਅੱਗ ਤਾਂ ਲਾਈ ਆ, ਮੁੜ ਕੇ ਸਿੰਡੀ ਬਣ ਜਾਂਦੀ ਹੈਗੀ। ਕਹਿੰਦੇ ਕੰਪਲੇਂਟ ਆ ਰਹੀ ਸੀ। ਕਰਦੇ ਹਾਂ ਚਾਹ ਪਾਣੀ ਦਾ ਪ੍ਰਬੰਧ ਬੰਦੇ ਦਾ, ਸਮੋਸੇ ਗਰਮ ਹੋ ਗਏ। ਕੀ ਤਲੀ ਚਾਹ, ਸਾਰੇ ਘੇਰੇ ਬੀਜ ਦਿੱਤੇ ਆ ਜੀ। ਬਹੁਤ ਵਧੀਆ ਚੱਲਿਆ ਆਪਣਾ ਟਰੈਕਟਰ। ਬਾਕੀ ਤੁਸੀਂ ਆਹ ਦੇਖ ਸਕਦੇ ਹੋ, ਬਾਣ ਬੀਜਿਆ ਹੋਇਆ, ਸਾਰਾ ਬਾਣ ਹੀ ਬੀਜ ਦਿੱਤਾ ਹੈ। ਬਹੁਤ ਹੀ ਵਧੀਆ ਸਫਾਈ ਆ, ਇਹ ਸਾਰੇ ਉਹ ਖੇਤ ਬੀਜ ਦਿੱਤੇ ਨੇ। ਬਹੁਤ ਹੀ ਜ਼ਿਆਦਾ ਵਧੀਆ ਟਰੈਕਟਰ ਨੇ ਪਰਫੋਰਮੈਂਸ ਦਿੱਤੀ ਹੈਗੀ। ਤਕਰੀਬਨ 7 ਕੁ ਲੀਟਰ ਦੇ ਔਸਤ ਦੇ ਨਾਲ ਕਿੱਲਾ ਟਰੈਕਟਰ ਬੀਜੀ ਗਿਆ ਹੈਗਾ ਬਾਣ ਦਾ। ਮੂਹਰੇ ਵੇਟ 'ਤੇ 2 ਬੋਰੀਆਂ ਧਰੀਆਂ ਹੋਈਆਂ ਸੀ, ਜਮਾ ਨਹੀਂ ਉੱਠਦਾ ਸੀ ਮੂਹਰਾ। ਬਹੁਤ ਹੀ ਵਧੀਆ ਚੱਲਿਆ ਟਰੈਕਟਰ, ਸਫਾਈ ਤੁਸੀਂ ਦੇਖ ਸਕਦੇ ਹੋ। ਸੜਕ ਤੋਂ ਇੱਧਰ ਇੱਧਰ ਵਾਲਾ ਖੇਤ ਆਪਣਾ ਬੀਜਿਆ ਗਿਆ। ਹੁਣ ਜਿਹੜੇ 5.5 ਕਿੱਲੋ ਮੱਕੀ ਵਾਲੇ ਵੱਡੇ ਸੀਗੇ ਉਹ ਬੀਜਣ ਵਾਲੇ ਰਹਿ ਗਏ, ਉਹ ਫਿਰ ਕਦੇ ਬੀਜਾਂਗੇ 2-3 ਦਿਨਾਂ ਤੱਕ।